ਸ਼ੁਰੂ ਹੋਈ ਕਿ ਬਾਦਲ ਰਲੇ ਹੋਏ ਐ ਸਰੂਪ ਸਿੰਘਾਂ ਨੂੰ ਜਿੱਤਣ ਨਹੀਂ ਦੇਣਗੇ ਉਹਦੇ ਵਾਸਤੇ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲ ਕੀਤੀ ਕਿ ਬੇਬ ਨੂੰ ਰੋਕਿਆ ਜਾਵੇ ਇਹ ਵਨ ਰੋਕਿਆ ਜਾਵੇ ਪਰ ਉਹ ਆਵਾਜ਼ਾਂ ਨਹੀਂ ਰੁਕੀ ਪਰ ਆਵਾਜ਼ ਹੱਥ ਸਾਬਤ ਹੋਣ ਲੱਗੀ ਜਦੋਂ ਬਾਦਲ ਪਰਿਵਾਰ ਦੇ ਨਜ਼ਦੀਕੀ ਲੋਕ ਬਠਿੰਡਾ ਦੇ ਵਿੱਚ ਆ ਕੇ ਕਿ ਜਦੋਂ ਲੰਬੀ ਦੇ ਵਿੱਚ ਬਾਲ ਸਾਹਿਬ ਦੇ ਵਾਸਤੇ ਵੋਟਾਂ ਮੰਗਦੇ ਆ ਤੇ ਬਠਿੰਡਾ ਦੇ ਵਿੱਚ ਆ ਕੇ ਮਨਪ੍ਰੀਤ ਵਾਸਤੇ ਵੋਟਾਂ ਮੰਗਣ ਲੱਗੇ ਤਾਂ ਮੈਂ ਕਹਿ ਸਕਦਾ ਕਿ ਜਿੱਥੇ ਅਨੈਤਿਕਤਾ ਹੋਈ ਜਿੱਥੇ ਇਨਸਾਨੀ ਕਦਰਾਂ ਕੀਮਤਾਂ ਤਰਤਰ ਹੋਈਆਂ ਔਰ ਪਾਰਟੀ ਦੀਆਂ ਜ਼ਿੰਮੇਵਾਰੀਆਂ ਤਰਤਰ ਹੋਈਆਂ ਔਰ ਲੋਕਾਂ ਦੇ ਵਿੱਚ ਇਹ ਗੱਲ ਗਈ ਕਿ ਪੱਕਾ ਹੀ ਬਾਦਲ ਰਲੇ ਹੋਇਆ ਤਾਂ ਫਿਰ ਲੋਕਾਂ ਨੇ ਇੱਕ ਮਨ ਬਣਾ ਲਿਆ ਕਿ ਬਾਦਲਾਂ ਨੂੰ ਖਰਾਬ ਮਨਪ੍ਰੀਤ ਬਾਦਲ ਹਰਾਉਣ ਦੀ ਬਜਾਏ ਬਾਦਲਾਂ ਨੂੰ ਹਰਾਉਣ ਤੇ ਹੋਗੇ ਜਿੱਥੇ ਮੇਰੀ ਹਾਰ ਹੋਈ ਤੇ ਉਹਦੇ ਨਾਲ-ਨਾਲ ਅਕਾਲੀ ਦਲ ਨੂੰ ਵੀ ਬਹੁਤ ਵੱਡਾ ਖਮਿਆਜਾ ਭੁਗਤਣਾ ਪਿਆ ਮੈਂ ਅੱਜ ਮੇਰੇ ਵਰਕਰ ਮੇਰੇ ਪਰਿਵਾਰਕ ਮੈਂਬਰ ਮੇਰੇ ਸਪੋਰਟਰ ਬੜੇ ਦੁੱਖ ਨਾਲ ਜਦੋਂ ਸੋਸ਼ਲ ਮੀਡੀਆ ਤੇ ਆ ਰਹੀਆਂ ਤਸਵੀਰਾਂ ਦੱਸ ਦਿਖਾਉਂਦੇ ਆ ਤਾਂ ਮੈਨੂੰ ਇਹ ਕਹਿੰਦੇ ਆ ਕਿ ਇਸ ਪਾਰਟੀ ਦੇ ਵਿੱਚ ਰਹਿਣ ਦਾ ਕੋਈ ਮਕਸਦ ਨਹੀਂ ਬਣਦਾ ਤਾ ਉਹਨਾਂ ਦੀ ਹੁਕਮਾਂ ਨੂੰ ਮੰਨਦਿਆਂ ਹੋਇਆਂ ਮੈਂ ਪਾਰਟੀ ਤੋਂ ਵਜ਼ਾਇਨ ਕੀਤਾ। ਸਿਕਲਾ ਸਾਹਿਬ ਕਿਹੜੀਆਂ ਤਸਵੀਰਾਂ ਦੀ ਗੱਲ ਕਰਦੇ? ਜਿਹੜੇ ਲੋਕ ਅਕਾਲੀ ਦਲ ਦੇ ਬੜੇ ਨਜ਼ਦੀਕੀ ਆ। ਅਕਾਲੀ ਦਲ ਆਸਤੇ ਲੰਬੀ ਚੋਟਾ ਮੰਗਦੇ ਆ ਤੇ ਬਿਟਿੰਡੇ ਆ ਕੇ ਮਨਪ੍ਰੀਤ ਦੇ ਵੋਟਾਂ ਮੰਗਦੇ। ਤੁਸੀਂ ਪਹਿਲਾਂ ਇੱਕ ਗੱਲਬਾਤ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਵੀ ਅਫਵਾਹਾਂ ਜ਼ਰੂਰ ਸੀ। ਸਾਰਿਆਂ ਨੇ ਅਫਵਾਹਾਂ ਸੁਣੀਆਂ ਵੀ ਬਾਦਲ ਰਲ ਗਏ। ਮਨਪ੍ਰੀਤ ਨੂੰ ਜਿਤਾਉਣਾ ਚਾਹੁੰਦੇ ਆ। ਸੁਖਬੀਰ ਬਾਦਲ ਜਿਤਾਉਣਾ ਚਾਹੁੰਦੇ ਆ। ਇਹਨਾਂ ਦੀਆਂ ਗੱਲਾਂ। ਤੁਹਾਡੇ ਕੋਲੇ ਕੋਈ ਪੁਖਤਾ ਸਬੂਤ ਹੈ ਦਿਖਾ ਸਕਦੇ ਹੋ? ਮੇਰੇ ਕੋਲ ਬਹੁਤ ਸਬੂਤ ਹੈ ਜੀ ਜਿਹੜੇ ਮੇਰੇ ਕੋਲ ਹੈਗੇ ਆ ਸਬੂਤ ਮੇਰੇ ਕੋਲੇ ਬੰਦੇ ਵੀ ਆ ਜਿਨ੍ਹਾਂ ਕੋਲੇ ਆ ਕੇ ਵੋਟਾਂ ਮੰਗੀਆਂ ਹੂੰ ਮੇਰੇ ਕੋਲੇ ਉਹ ਲੋਕ ਵੀ ਹੈਗੇ ਆ ਜਿਨ੍ਹਾਂ ਨੂੰ ਪੈਸੇ ਆਫਰ ਕੀਤੇ ਗਏ ਹੂੰ ਮੇਰੇ ਕੋਲੇ ਇਹ ਜੇ ਲੋਕ ਵੀ ਹੈਗੇ ਆ ਕਿ ਜਿਨ੍ਹਾਂ ਨੇ ਪਹਿਲਾਂ ਬਠਿੰਡੇ ਵਾਸਤੇ ਮਨਪ੍ਰੀਤ ਵਾਸਤੇ ਵੋਟਾਂ ਮੰਗੀਆਂ ਹੂੰ ਤੇ ਲੰਬੀ ਜਾ ਕੇ ਬਾਸਾ ਵਾਸਤੇ ਵੋਟਾਂ ਮੰਗੀਆਂ ਸਬੂਤ ਹੈਗਾ ਤੁਹਾਡੇ ਕੋਲ ਜੀ ਦਿਖਾਉਂਗੇ ਪੇਸ਼ ਕਰੋਗੇ ਆ ਦਿਖਾ ਦੇ ਆਪੀ ਕਿਚਾ ਉਹਨੂੰ ਲਾਉਣ ਬਲਾਈ ਜੀ ਮੈਂ ਇੱਕ ਸਵਾਲ ਹੋਰ ਕਰਨਾ ਚਾਹੁੰਦਾ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਨਹੀਂ ਇਹ ਤਾਂ ਬਿਲਕੁਲ ਕਲੀਅਰ ਹੈ ਹਮ ਇਹ ਕਲੀਅਰ ਹੈ ਕੋਸ਼ਿਸ਼ ਕੀਤੀ ਗਈ ਕਿ ਮਨਪ੍ਰੀਤ ਨਾ ਹਾਰੇ ਜਾਂ ਇਹ ਸੌਦਾ ਹੋਇਆ ਵੀ ਮਨਪ੍ਰੀਤ ਲੰਬੀ ਦੇ ਵਿੱਚ ਬਦਲ ਦੀ ਮਦਦ ਕਰੇ ਇਥੇ ਇਹ ਇਹਨਾਂ ਦੀ ਮਦਦ ਕਰਨ ਇਹ ਤਾਂ ਕੁਛ ਨਾ ਕੁਛ ਤਾਂ ਹੋ ਜਾਏਗੀ ਨਾ ਤੁਸੀਂ ਗੱਲਬਾਤ ਕੀਤੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨਾਲ ਵੱਡੇ ਬਾਦਲ ਸਾਹਿਬ ਨਾਲ ਮੈਂ ਗੱਲ ਵੀ ਕੀਤੀ ਮੈਨੂੰ ਕੋਈ ਕਿਉਂ ਨਾ ਤੋਂ ਆਸ਼ਵਾਸ਼ਣ ਪ੍ਰੋਪਰ ਆਸ਼ਵਾਸ਼ਣ ਮਿਲਿਆ ਪਰ ਅਸ਼ਵਾਸ਼ਨ ਦਾ ਫਾਇਦਾ ਤਾਂ ਹੁੰਦਾ ਕਿ ਲੋਕ ਉਹ ਲੋਕ ਆ ਕੇ ਵੋਟਾਂ ਲਾ ਮੰਗਦੇ ਉਹ ਲੋਕ ਮੇਰੇ ਆਸਤੇ ਵੋਟਾਂ ਮੰਗਦੇ ਤੁਸੀਂ ਨਾਮ ਲੈ ਕੇ ਦੱਸ ਸਕਦੇ ਹੋ ਕਿਹਦੇ ਨਾਲ ਗੱਲ ਕੀਤੀ ਪ੍ਰਧਾਨ ਸਾਹਿਬ ਨਾਲ ਕਿ ਸਰਫਰਸ ਜੀ ਮੈਂ ਪ੍ਰਧਾਨ ਸਾਹਿਬ ਨਾਲ ਵੀ ਗੱਲ ਕੀਤੀ ਹਾਂ ਮੈਂ ਬੀਬਾ ਹਰਸ਼ਿਮਰਤ ਨਾਲ ਵੀ ਗੱਲ ਕੀਤੀ ਹਾਂ ਜੀ ਤੇ ਕੋਈ ਤੁਹਾਨੂੰ ਹਾ ਪੱਖੀ ਹੰਗਾਰਾ ਨਹੀਂ ਮਿਲਿਆ ਕੀ ਗੱਲਬਾਤ ਹੋਈ ਸੀ ਨਹੀਂ ਮੇਰੇ ਨਾਲ ਗੱਲ ਕਰਨ ਤੇ ਹਾ ਪੱਖੀ ਹੰਗਾਰਾ ਮਿਲਿਆ ਮੇਰੇ ਨੂੰ ਕਦੇ ਨਾ ਪੱਖੀ ਹੰਗਾਰਾ ਨਹੀਂ ਮਿਲਿਆ ਪਰ ਜਦੋਂ ਉਹਦੇ ਰਿਜ਼ਲਟ ਨੈਗੇਟਿਵ ਆਏ ਉਹ ਸਾਰਿਆਂ ਦੇ ਸਾਹਮਣੇ ਜੇ ਇੱਕ ਮੈਂ ਪ੍ਰਸ਼ਨ ਹੋਰ ਕਰਾਂ ਤੁਹਾਨੂੰ ਕਦੋਂ ਪਤਾ ਲੱਗਿਆ ਸੀਗਾ ਵੋਟਾਂ ਪੈਣ ਤੋਂ ਪਹਿਲਾਂ ਪਤਾ ਲੱਗੀ ਸੀ ਇਹ ਚੀਜ਼ ਵੋਟਾਂ ਤੋਂ ਪਹਿਲਾਂ ਲੱਗੀ ਸੀ ਫਿਰ ਤੁਸੀਂ ਉਦੋਂ ਕਿਉਂ ਨਹੀਂ ਦੱਸਿਆ ਕਿ ਇਹ ਵੀ ਗੱਲ ਹੈ ਜੇ ਰਾਜਨੀਤਿਕ ਲੋਕ ਸੱਚੇ ਆ ਆਪਣੇ ਆਪ ਨੂੰ ਸੱਚੇ ਕਹਿੰਦੇ ਤੁਸੀਂ ਦੱਸ ਦਿੰਦੇ ਸਾਹਮਣੇ ਦੱਸਿਆ ਸਾਹਮਣੇ ਓਪਨਲੀ ਦੱਸਿਆ ਪੰਚਾਇਤ ਦੱਸਿਆ ਹਾਂ ਬੜੇ ਹਜ਼ਾਰ ਬੰਦੇ ਦੀ ਮੀਟਿੰਗ ਹੀ ਦੱਸਿਆ ਪ੍ਰਧਾਨ ਸਾਹਿਬ ਨੇ ਓਪਨਲੀ ਗੱਲ ਕੀਤੀ ਆ ਹੂੰ ਤੁਸੀਂ ਵਿਆਹ ਹੋ ਰਿਹਾ ਤੁਸੀਂ ਦੱਸਿਆ ਲੋਕਾਂ ਨੂੰ ਲੋਕਾਂ ਨੂੰ ਦੱਸਿਆ ਪ੍ਰਧਾਨ ਸਾਹਿਬ ਨੂੰ ਦੱਸਿਆ